ਹਾਲ ਸਾਰਿਆਂ ਨੂੰ, ਕਿੱਦਾਂ ਕੀ ਹਾਲ ਚਾਲ ਆ? ਵੈਲਕਮ ਬੈਕ ਟੂ ਆਰ ਯੂਟਿਊਬ ਚੈਨਲ ਮਿਸਟਰ ਐਂਡ ਮਿਸਿਜ਼ ਬੈਨੀਪਾਲ। ਸੋ ਅੱਜ ਡੇਟ ਹੈਗੀ ਹੈ 7 ਜਨਵਰੀ। ਸੋ 7 ਜਨਵਰੀ ਹੈਗੀ ਆ, ਤੁਹਾਨੂੰ ਕੱਲ੍ਹ ਤੁਸੀਂ ਵੀਡੀਓਜ਼ ਦੇਖੀਆਂ ਹੋਣੀਆਂ ਸਾਡੀ ਰਾਤ ਦੀ ਜਿਹੜੀ ਸੈਲੀਬ੍ਰੇਸ਼ਨ ਕਰੀ ਸੀ 12 o'clock। 6 ਜਨਵਰੀ 'ਚ ਕੱਲ੍ਹ ਅਸੀਂ ਜੋ ਤਿਆਰੀਆਂ ਕੀਤੀਆਂ ਸੀ ਉਹ ਵੀ ਤੁਹਾਨੂੰ ਦਿਖਾਈਆਂ ਸੀ। ਸੋ ਅੱਜ ਹੈਗੀ ਹੈ 7 ਜਨਵਰੀ। ਸੋ ਅੱਜ ਹੈਗੀ ਹੈ ਮੇਰੀ ਮੈਰਿਜ ਐਨੀਵਰਸਰੀ। ਸੋ ਪਰ ਮੈਰਿਜ ਐਨੀਵਰਸਰੀ ਮੇਰੇ ਲਈ ਕੋਈ ਖਾਸ ਨਹੀਂ ਰਹੀ, ਬਿਕੋਜ਼ ਇਹ ਅੱਜ ਸਾਰਾ ਦਿਨ ਬਾਹਰ ਸੀ, ਕਿਉਂਕਿ ਇਹਨਾਂ ਨੂੰ ਸੀ ਕੋਈ ਕੰਮ ਅਰਜੈਂਟ। ਸੋ ਇਹਨਾਂ ਨੇ ਬਾਹਰ ਰਹੇ, ਸਿਰਫ ਮੈਂ ਘਰੇ ਸੀਗੀ। ਮੈਂ ਸਾਰੇ ਉੱਦਾਂ ਹੀ ਰੂਟੀਨ ਨਾਲੇ ਕੰਮ ਕਰੇ, ਹੁਣ ਵੀ ਹਲੇ ਮੈਂ ਹੁਣੀ ਫ੍ਰੀ ਹੋਈ ਹਾਂ ਕਿਚਨ ਦੇ ਵਿੱਚੋਂ। ਹੁਣ ਟਾਈਮ ਹੋ ਚੁੱਕਿਆ 5 o'clock। ਮੈਂ ਸਵੇਰ ਮੋਰਨਿੰਗ ਵਾਲੀ ਸ਼ੂਟ ਤਾਂ ਨਹੀਂ ਕੀਤੀ, ਬਿਕੋਜ਼ ਅੱਜ ਮੈਂ ਬਹੁਤ ਬਿਜ਼ੀ ਸੀ। ਜਿਹੜੇ ਮਤਲਬ ਸਿੰਪਲ ਦਿਨ ਹੁੰਦੇ ਉਹਨਾਂ ਨਾਲੋਂ ਅੱਜ ਮੈਂ ਜ਼ਿਆਦਾ ਬਿਜ਼ੀ ਸੀ, ਬਿਕੋਜ਼ ਮੈਂ ਅੱਜ ਕੰਮ ਬਹੁਤ ਕੀਤਾ ਵਾ ਯਾਰ। ਮੈਨੂੰ ਮੇਰਾ ਸਪੈਸ਼ਲ ਡੇ ਕੁਛ ਨਹੀਂ ਲੱਗਿਆ ਵੀ, ਮਤਲਬ ਮੈਨੂੰ ਲੱਗਿਆ ਅੱਜ ਮੈਂ ਉੱਦਾਂ ਹੀ ਰੂਟੀਨ ਵਾਲੇ ਵਰਕ ਕਰ ਰਹੀ ਹਾਂ। ਹੁਣ ਵੀ ਮੈਂ ਆਟਾ ਗੁੰਨ ਕੇ ਆਈ ਸੀਗੀ, ਰੋਟੀ ਸਬਜ਼ੀ ਬਣਾ ਕੇ ਆਈ ਹਾਂ, ਰੋਟੀ ਵੀ ਬਣਾਉਣੀ ਆ। ਪਤਾ ਨਹੀਂ ਮੇਰੇ ਲਈ ਕੋਈ ਸਪੈਸ਼ਲ ਨਹੀਂ ਕੀਤਾ ਮਿਸਟਰ ਬੈਨੀਪਾਲ ਨੇ, ਮੈਂ ਤੁਹਾਡੇ ਨਾਲ ਬਹੁਤ ਨਾਰਾਜ਼ ਹਾਂ। ਅਤੇ ਹੁਣ ਵੀ ਉਹ ਬਾਹਰ ਨੇ, ਮੈਂ ਘਰੇ ਸੀ, ਮੈਂ ਕਿਹਾ ਚਲੋ ਸ਼ੂਟ ਕਰ ਲੈਂਦੇ ਹਾਂ। ਸੋ ਮੈਂ ਪਾਇਆ ਹੋਇਆ ਆਪਣੀ ਮੈਰਿਜ ਵਾਲਾ ਸੂਟ, ਇਹ ਮੈਂ ਆਪਣੇ ਵਿਆਹ ਵਾਲੇ ਦਿਨ ਪਾਇਆ ਸੀਗਾ। ਮੈਂ ਆਪਣੇ ਵਿਆਹ ਵਾਲੇ ਦਿਨ ਲਹਿੰਗਾ ਨਹੀਂ ਸੀ ਪਾਇਆ, ਸਲਵਾਰ ਸੂਟ ਪਾਇਆ ਸੀ। ਸੋ ਮੈਂ ਕਿਹਾ ਚਲੋ ਮੈਂ ਅੱਜ ਫਿਰ ਉਹੀ ਪਾ ਲੈਂਦੀ ਹਾਂ। ਦੱਸਿਓ ਕਮੈਂਟਾਂ ਦੇ ਵਿੱਚ ਕਿੱਦਾਂ ਲੱਗਿਆ ਤੁਹਾਨੂੰ। ਐਂਡ ਰਾਤ ਮੈਨੂੰ ਮਿਸਟਰ ਬੈਨੀਪਾਲ ਨੇ ਗਿਫਟ ਕੀਤਾ ਸੀਗਾ ਇਹ ਬਲੂਟੂਥ, ਬਿਕੋਜ਼ ਮੈਨੂੰ ਇਹਦੀ ਬਹੁਤ ਨੀਡ ਸੀਗੀ। ਸੋ ਉਹਨਾਂ ਨੇ ਮੈਨੂੰ ਦਿੱਤਾ, ਬਟ ਮੇਰੇ ਨਾਲ ਬਹੁਤ ਕਲੋਲ ਹੋਈ, ਕਿਉਂਕਿ ਮੈਂ ਜਿਹੜਾ ਉਹਨਾਂ ਨੂੰ ਗਿਫਟ ਦਿੱਤੀ ਸੀ ਸਵੈਟ ਸ਼ਰਟ, ਉਹ ਹੋ ਗਈ ਉਹਨਾਂ ਦੇ ਤੰਗ। ਸੋ ਹੁਣ ਉਹਨਾਂ ਨੂੰ ਆਪਾਂ ਨੂੰ ਹੁਣ ਉਹ ਵਾਪਸ ਕਰਨੀ ਪੈਣੀ ਆ। ਸੋ ਮੇਰਾ ਉਸ ਟਾਈਮ ਬਹੁਤ ਦਿਲ ਟੁੱਟਿਆ ਜਦੋਂ ਸਵੇਰੇ ਉਹਨਾਂ ਨੇ ਪਾ ਕੇ ਵੀਅਰ ਕਰਕੇ ਦੇਖੀ ਅਤੇ ਉਹਨਾਂ ਦੇ ਆਈ ਨਹੀਂ, ਅਤੇ ਮੇਰਾ ਫਿਰ ਬਹੁਤ ਮਨ ਕਿਹੋ ਜਿਹੀ ਮਿਲਦੀ ਆ। ਮੈਂ ਤਾਂ ਆਪਣੇ ਨਾਲ ਮੈਚਿੰਗ ਲਈ ਸੀਗੀ ਕੋਟੀ ਦੇ ਨਾਲ, ਚਲੋ ਦੇਖਦੇ ਹਾਂ ਫਿਰ ਵੀ। ਅਤੇ ਹੁਣ ਬਸ ਮੈਨੂੰ ਇੱਦਾਂ ਕਹਿ ਕੇ ਗਏ ਸੀ ਵੀ ਤੁਸੀਂ ਪੈਕਿੰਗ ਕਰ ਲਓ। ਹੁਣ ਮੈਨੂੰ ਇਹ ਨਹੀਂ ਪਤਾ ਉਹਨਾਂ ਨੇ ਮੈਨੂੰ ਕੀ ਸਰਪ੍ਰਾਈਜ਼ ਦੇਣਾ, ਇਹ ਸਵੇਰੇ ਹੀ ਪਤਾ ਲੱਗੂਗਾ। ਕਹਿੰਦੇ ਸੀ ਕਿ 4 ਵਜੇ ਪਤਾ ਨਹੀਂ ਜਾਣਾ ਸ਼ਾਇਦ ਕਿਤੇ, ਅਤੇ ਕਹਿੰਦੇ ਤੁਸੀਂ ਪੈਕਿੰਗ ਕਰਕੇ ਰੱਖੋ। ਜਦੋਂ ਮੈਂ ਤਿਆਰ ਹੁੰਦੀ ਸੀਗੀ ਮੇਰੇ ਕੋਲ ਵੀ ਟਾਈਮ ਨਹੀਂ ਸੀ ਉਹਨਾਂ ਨੂੰ ਪੁੱਛਣ ਦਾ। ਅਤੇ ਚਲੋ ਦੇਖਦੇ ਹਾਂ ਬਾਕੀ ਕੀ ਸਲਾਹ ਵਾ, ਆਪਾਂ ਤਾਂ ਪੈਕਿੰਗ ਕਰਨ ਲੱਗੇ ਹਾਂ। ਸੋ ਕਰਦੇ ਹਾਂ ਫਿਰ ਪੈਕਿੰਗ, ਨਾਲੇ ਤੁਹਾਨੂੰ ਦਿਖਾਉਂਦੇ ਹਾਂ ਕੀ ਕਰਦੀ ਹਾਂ। ਮੇਰੇ ਲਈ ਕੋਈ ਅੱਜ ਖਾਸ ਦਿਨ ਨਹੀਂ ਸੀ, ਬਿਕੋਜ਼ ਸਿੰਪਲ ਸੀ ਐਨੀਵਰਸਰੀ ਮੇਰੀ, ਇੱਦਾਂ ਹੀ ਹੁੰਦੀ ਆ ਫੁੱਸ ਵਾਲੀ। ਅਤੇ ਮੈਂ ਇਹਨਾਂ ਨੂੰ ਕਿਹਾ ਸੀ ਆਪਾਂ ਗੁਰਦੁਆਰੇ ਮੱਥਾ ਟੇਕ ਆਵਾਂਗੇ, ਇਹਨਾਂ ਨੇ ਉਹ ਵੀ ਰਿਸਪੋਂਸ ਨਹੀਂ ਦਿੱਤਾ। ਚਲੋ ਕੋਈ ਗੱਲ। ਸੋ ਫਿਰ ਕਰਦੇ ਹਾਂ ਆਪਾਂ ਪੈਕਿੰਗ, ਮੈਨੂੰ ਸਿਰਫ ਇੰਨਾ ਕਹਿ ਕੇ ਗਿਆ ਆਪਣਾ ਪੈਕਿੰਗ ਕਰ ਲਾ, ਚਲੋ ਆਪਾਂ ਕਰਦੇ ਹਾਂ ਫਿਰ ਪੈਕਿੰਗ। ਅਤੇ ਹੁਣ ਸਵੇਰੇ ਹੀ ਪਤਾ ਲੱਗੂ, ਕਹਿੰਦੇ ਸੀ 4 ਵਜੇ ਕਿਤੇ ਜਾਣਾ ਵਾ, ਪਤਾ ਨਹੀਂ ਨੇੜੇ ਜਾਣਾ ਕਿ ਕਾਫੀ ਦੂਰ ਜਾਣਾ, ਇਹ ਤਾਂ ਉਹਨਾਂ ਨੂੰ ਪਤਾ। ਚਲੋ ਫਿਰ ਕਰਦੇ ਹਾਂ ਪੈਕਿੰਗ। ਓਕੇ ਸਟੇ ਟਿਊਨ ਆ ਚੈਨਲ। ਵਾਲਾ ਕੰਮ ਵੈਸੇ ਔਖਾ ਬਹੁਤ ਜ਼ਿਆਦਾ, ਬਿਕੋਜ਼ ਪਤਾ ਨਹੀਂ ਲੱਗਦਾ ਬੰਦਾ ਕਿਹੜਾ ਕੱਪੜੇ ਲੈ ਕੇ ਜਾਵੇ ਕਿਹੜੇ ਨਾ ਲੈ ਕੇ ਜਾਵੇ। ਸੋ ਕਰਦੇ ਹਾਂ ਫਿਰ ਆਪਾਂ ਪੈਕਿੰਗ। ਮੇਰੇ ਵਾਲੀ ਪੈਕਿੰਗ ਹੋ ਗਈ ਹੈ ਡਨ, ਅਤੇ ਹੁਣ ਇਹਨਾਂ ਵਾਲੀ ਪੈਕਿੰਗ ਹੋਣੀ ਆ, ਅਤੇ ਉਸ ਤੋਂ ਬਾਅਦ ਹੋਊਗੀ ਮੇਰੀ ਸਿਸਟਰ ਦੀ ਪੈਕਿੰਗ, ਅਤੇ ਫਿਰ ਆਪਾਂ ਕਰਦੇ ਹਾਂ ਹੋਰ ਗੱਲਬਾਤ। ਦਿਖਾਉਂਗੀ ਤੁਹਾਨੂੰ ਸਾਰੇ ਪੈਕਿੰਗ, ਮੈਨੂੰ ਲੱਗਦਾ ਨਾ ਇਹ ਭਰ ਜਾਣਾ ਪੂਰਾ, ਆਊਟ ਆਫ ਹੋ ਜਾਣਾ। ਕੁੜੀਆਂ ਦੇ ਨਾ ਕੱਪੜੇ ਨਹੀਂ ਮੁੱਕਦੇ, ਚਾਹੇ ਜਿੰਨੇ ਮਰਜ਼ੀ ਇਹ ਪਾ ਲਓ। ਮੈਨੂੰ ਹਲੇ ਵੀ ਇੱਦਾਂ ਲੱਗਦਾ ਵੀ ਮੇਰੇ ਕੱਪੜੇ ਪੁਰਾਣੇ ਨੇਗੇ, ਨਵੇਂ ਨਹੀਂ ਹੈਗੇ। ਚਲੋ ਦੇਖਦੇ ਹਾਂ ਬਾਕੀ। ਟਾਈਮ ਹੋ ਗਿਆ 6:30, ਹੁਣ ਅਸੀਂ ਚੱਲੇ ਹਾਂ ਕਟਾਣਾ ਸਾਹਿਬ ਗੁਰਦੁਆਰੇ ਮੱਥਾ ਟਿੱਕਣ। ਦੇਖੋ ਅੱਜ ਮੇਰਾ ਦਿਨ ਇੰਨਾ ਬਿਜ਼ੀ ਸੀ, ਮੈਂ ਅਸੀਂ ਦੋਨੇ ਨੇ ਆਪਣੀ ਐਨੀਵਰਸਰੀ ਨਹੀਂ ਸੈਲੀਬ੍ਰੇਟ ਕੀਤੀ, ਰਾਤ ਦੀ ਕੀਤੀ ਹੋਈ ਆ ਸਾਡੀ, ਅਤੇ ਇੰਨੇ ਕੁ ਬਿਜ਼ੀ ਸਕੈਡਿਊਲ ਸੀ ਅੱਜ ਸਾਡੇ ਦੋਨਾਂ ਦਾ, ਸਾਡੇ ਕੋਲ ਟਾਈਮ ਨਹੀਂ ਸੀਗਾ। ਅਤੇ ਹੁਣ ਬਹੁਤ ਜ਼ਿਆਦਾ ਹਨੇਰਾ ਹੋ ਚੁੱਕਿਆ, 6:30 ਹੁਣ ਅਸੀਂ ਕਟਾਣਾ ਸਾਹਿਬ ਮੱਥਾ ਟਿੱਕਣ ਚੱਲੇ ਹਾਂ, ਅਤੇ ਬਾਕੀ ਆਪਾਂ ਦੇਖਦੇ ਹਾਂ ਹੋਰ ਕੀ ਕਰਦੇ ਹਾਂ। ਅਤੇ ਬਸ ਇਹਨਾਂ ਨੇ ਮੈਨੂੰ ਰਾਤ ਅੱਜ ਹੁਣ ਆ ਕੇ ਹੀ ਕਿਹਾ ਵੀ ਆਪਣੀ ਪੈਕਿੰਗ ਕਰ ਲਾ, ਬਸ ਆਪਾਂ ਜਾਣਾ ਵਾ। ਹੁਣ ਇਹ ਨਹੀਂ ਪਤਾ ਕਿੱਥੇ ਜਾਣਾ, ਉਹ ਇਹਨਾਂ ਨੂੰ ਪਤਾ ਹੋਊਗਾ ਸਰਪ੍ਰਾਈਜ਼ ਦਾ। ਸੋ ਫਿਰ ਆਪਾਂ ਦੇਖਦੇ ਹਾਂ ਹੁਣ ਕੱਲ੍ਹ ਨੂੰ ਸਰਪ੍ਰਾਈਜ਼ ਮਿਲਦਾ। ਮੈਨੂੰ ਪਤਾ ਇਹ ਦਿਨ ਤਿਉਹਾਰ ਨੂੰ ਇੱਦਾਂ ਹੀ ਕਰਦੇ ਹੁੰਦੇ ਨੇਗੇ, ਹੈ ਨਾ, ਤੁਸੀਂ ਇੱਦਾਂ ਹੀ ਕਰਦੇ ਹੋ ਨਾ। ਹੁਣ ਇਹਨਾਂ ਦੇ ਲਈ ਸੈਕਿੰਡ ਸਰਪ੍ਰਾਈਜ਼ ਆ, ਮੈਂ ਇਹਨਾਂ ਨੂੰ ਇੰਨੇ ਸਰਪ੍ਰਾਈਜ਼ ਦਿੱਤੇ ਆ, ਹੁਣ ਇਹਨਾਂ ਦੇ ਲਈ ਸੈਕਿੰਡ ਸਰਪ੍ਰਾਈਜ਼ ਆ, ਉਹ ਆਪਾਂ ਦੇਖਾਂਗੇ, ਠੀਕ ਹੈ। ਅਤੇ ਹੁਣ ਆਪਾਂ ਮਿਲਦੇ ਹਾਂ ਗੁਰਦੁਆਰਾ ਸਾਹਿਬ ਜਾ ਕੇ। ਡੇਟ ਲਤੀਫ ਬੰਦਾ, ਹੈਲੋ। ਇਹ ਰਾਤ ਨੂੰ ਆਇਆ 6:30, ਅੱਜ ਐਨੀਵਰਸਰੀ ਸੀ, ਹਮੇਸ਼ਾ ਇੱਦਾਂ ਹੀ ਕਰਦੇ ਹੁੰਦੇ ਨੇ, ਜਦੋਂ ਨਾ ਕੋਈ ਵੀ ਦਿਨ ਤਿਉਹਾਰ ਹੋਵੇ, ਲਾਈਕ ਬਰਥਡੇ ਹੋ ਗਿਆ, ਐਨੀਵਰਸਰੀ ਹੋ ਗਈ, ਇਹਨਾਂ ਨੇ ਲੇਟ ਹੀ ਪਹੁੰਚਣਾ ਹੁੰਦਾ ਹਰ ਚੀਜ਼ 'ਤੇ, ਹਨੇਰੇ ਪਏ ਸੈਲੀਬ੍ਰੇਟ ਕਰਨਾ ਹੁੰਦਾ, ਹੈ ਨਾ। ਅਸੀਂ ਪਹੁੰਚ ਗਏ ਹਾਂ ਗੁਰਦੁਆਰਾ ਸਾਹਿਬ, ਅਤੇ ਬਾਬਾ ਜੀ ਦੇ ਦਰਸ਼ਨ ਕਰਨ ਰਾਤ ਨੂੰ 6:30।
ਇਹ ਨਾ ਐਨਵਰਸਰੀ 'ਚ ਇੱਦਾਂ ਹੀ ਕਰਦੇ ਹੁੰਦੇ ਨੇ, ਹਮੇਸ਼ਾ ਲੇਟ ਲਤੀਫ ਹੁੰਦੇ ਨੇਗੇ। ਚਲੋ ਫਿਰ ਚੱਲਦੇ ਆਪਾਂ। ਪਹੁੰਚ ਗਏ ਅਸੀਂ ਗੁਰਦੁਆਰਾ ਸਾਹਿਬ। ਆ ਦੇਖੋ ਲੇਟ ਲਤੀਫ ਬੰਦਾ, ਆਲਵੇਜ਼ ਲੇਟ। ਓਕੇ ਆ ਲਾ ਦੋ ਮੇਰੇ ਉਰੇ ਹੀ ਲੱਗਦਾ। ਹੁਣ ਅਸੀਂ ਮੱਥਾ ਟੇਕ ਲਿਆ, ਪ੍ਰਸ਼ਾਦਾ ਛਕ ਲਿਆ, ਹੁਣ ਅਸੀਂ ਚੱਲੇ ਹਾਂ ਘਰ ਨੂੰ। ਅਤੇ ਬਾਕੀ ਦੇਖਦੇ ਹਾਂ, ਹੁਣ ਜਾਂਦੇ ਹਾਂ ਹੁਣ ਅਸੀਂ ਘਰ ਨੂੰ। ਅਤੇ ਵੈਸੇ ਬਹੁਤ ਆਨੰਦ ਆਇਆ ਬਾਬਾ ਜੀ ਦੀ ਗੁਰਬਾਣੀ ਸੁਣ ਕੇ। ਸੱਚਿਆ ਪਾਤਸ਼ਾਹ ਕਿਰਪਾ, ਵਾਹਿਗੁਰੂ ਸਤਿ ਸ਼੍ਰੀ ਵਾਹਿਗੁਰੂ। ਚਲੋ ਹੁਣ ਚੱਲਦੇ ਹਾਂ ਫਿਰ ਘਰ ਨੂੰ ਆਪਾਂ। ਕੰਸਟਰਕਸ਼ਨ ਚੱਲ ਰਹੀ ਹੈ ਗੁਰਦੁਆਰਾ ਸਾਹਿਬ ਦੀ। ਚਲੋ ਫਿਰ ਚੱਲਦੇ ਹਾਂ ਬਾਬਾ ਜੀ, ਅਸੀਂ ਯਾਤਰਾ ਸਫਲ ਕਰਿਓ ਸਰ, ਕਿਰਪਾ ਕਰਿਓ ਵਾਹਿਗੁਰੂ ਵਾਹਿਗੁਰੂ। ਚਲੋ ਲਓ ਵੀ, ਚਲੋ ਬਹਿਨੇ ਹੁਣ ਆਪਾਂ ਕਾਰ 'ਚ। ਜੀ ਹੁਣ ਅਸੀਂ ਘਰ ਨੂੰ ਚੱਲੇ ਅਤੇ ਐਪਲ ਸਾਨੂੰ ਮਿਲੇ ਸੀ, ਉਹ ਅਸੀਂ ਛਕ ਲਏ। ਦੋਨਾਂ ਜਣਿਆਂ ਨੇ ਬਹੁਤ ਮਿੱਠੇ ਸੀਗੇ। ਅਤੇ ਹੁਣ ਅਸੀਂ ਚੱਲੇ ਘਰ ਨੂੰ ਅਤੇ ਮਿਲਦੇ ਹਾਂ ਫਿਰ ਆਪਾਂ ਘਰ ਜਾ ਕੇ। ਹੁਣ ਅੱਜ ਕੁਛ ਸਪੈਸ਼ਲ ਨਹੀਂ ਹੈਗਾ, ਅਤੇ ਮੈਨੂੰ ਲਈ ਕੁਛ ਸਪੈਸ਼ਲ ਨਹੀਂ ਹੈਗਾ। ਅਤੇ ਸਵੇਰੇ ਦੇਖਾਂਗੇ ਸਵੇਰੇ ਕੁਛ ਸਪੈਸ਼ਲ ਹੁੰਦਾ ਕਿ ਨਹੀਂ, ਦੇਖਦੇ ਹਾਂ ਆਪਾਂ। ਐਂਡ ਫਿਰ ਆਪਾਂ ਮਿਲਾਂਗੇ ਹੁਣ ਘਰ ਜਾ ਕੇ। ਜੀ ਹੁਣ ਆਪਾਂ ਪਹੁੰਚ ਗਏ ਹਾਂ ਘਰ, ਮੱਥਾ ਟੇਕ ਕੇ ਘਰ ਵਾਪਸ ਆ ਗਏ। ਟਾਈਮ ਹੋ ਚੁੱਕਿਆ 7:45 ਐਂਡ ਅਸੀਂ ਹੁਣ ਘਰ ਹਾਂ। ਹਾਲੇ ਮੇਰੀ ਪੈਕਿੰਗ ਵੀ ਅੱਧੀ ਰਹਿੰਦੀ ਹੈ, ਬਿਕੋਜ਼ ਮੈਂ ਆਪਣੀ ਕਰ ਲਈ। ਮੈਨੂੰ ਇਹਨਾਂ ਦਾ ਪਤਾ ਨਹੀਂ ਸੀ ਵੀ ਇਹਨਾਂ ਨੂੰ ਕੀ ਚਾਹੀਦਾ, ਕਿਉਂਕਿ ਜਿਹੜਾ ਕੁਛ ਮੈਂ ਪਾਉਂਦੀ ਹਾਂ ਇਹਨਾਂ ਨੂੰ ਪਸੰਦ ਨਹੀਂ ਆਉਂਦਾ, ਇਸ ਲਈ ਮੈਂ ਸੋਚਿਆ ਵੀ ਇਹ ਆਪ ਹੀ ਆਪਣੀ ਪੈਕਿੰਗ ਕਰ ਲੈਣ ਤਾਂ ਬੈਟਰ ਆ। ਅਤੇ ਹੁਣ ਬਸ ਅਸੀਂ, ਮੈਂ ਹੁਣ ਘਰ ਦਾ ਕੰਮ ਨਿਬੇੜ ਲਾਂ ਥੋੜ੍ਹਾ ਜਿਹਾ, ਫਿਰ ਇਹਨਾਂ ਦੀ ਹੈਲਪ ਦੇ ਨਾਲ ਅਸੀਂ ਪੈਕਿੰਗ ਕਰਾਂਗੇ। ਅਤੇ ਬਾਕੀ ਵੀ ਜਿਹੜਾ ਸਮਾਨ ਰਹਿੰਦਾ ਵਾ ਉਹ ਆਪਣਾ ਪੈਕ ਕਰਕੇ ਫਿਰ ਆਪਾਂ ਮਿਲਦੇ ਹਾਂ। ਐਂਡ ਤੁਹਾਨੂੰ ਦਿਖਾਉਂਦੀ ਹਾਂ ਮੇਰਾ ਲਗੇਜ, ਉਹ ਸੀਗਾ ਮਤਲਬ ਉਹ ਸੀਗਾ ਲਗੇਜ, ਹਲੇ ਅੱਧਾ ਰਹਿੰਦਾ ਵਾ ਪੈਕ ਕਰਨਾ। ਚੈਨਲ ਮੇਰੀ ਇੰਸਟਾਗ੍ਰਾਮ ID ਥੱਲੇ ਡਿਸਕ੍ਰਿਪਸ਼ਨ ਬੋਕਸ 'ਚ ਮੈਂ ਮੈਨਸ਼ਨ ਕਰ ਦੂੰਗੀ, ਪਲੀਜ਼ ਫੋਲੋ ਇਟ ਐਂਡ ਵੱਧ ਤੋਂ ਵੱਧ ਸਪੋਰਟ ਕਰੋ। ਐਂਡ ਸਾਡੇ ਇਸ ਬਲੌਗ ਪਿੱਛੇ ਬਹੁਤ ਮਿਹਨਤ ਲੱਗਦੀ ਹੈ, ਪਲੀਜ਼ ਸਪੋਰਟ ਕਰੋ। ਕੀਪ ਵਾਚਿੰਗ, ਕੀਪ ਸਪੋਰਟਿੰਗ। ਤੁਹਾਡੇ ਪਿਆਰ ਸਦਕੇ ਹੀ ਅਸੀਂ ਬਲੌਗ ਬਣਾਉਣੇ ਸ਼ੁਰੂ ਕੀਤੇ ਆ। ਥੈਂਕ ਯੂ, ਤੁਸੀਂ ਸਾਡੇ ਹੋਮ ਟੂਅਰ ਨੂੰ ਬਹੁਤ ਪਿਆਰ ਦਿੱਤਾ। ਆਈ ਹੋਪ ਆਲ ਵੀਡੀਓਜ਼ ਨੂੰ ਤੁਸੀਂ ਓਨਾ ਹੀ ਪਿਆਰ ਦਿਓਗੇ ਜਿੰਨਾ ਤੁਸੀਂ ਹੋਮ ਟੂਅਰ ਨੂੰ ਦਿੱਤਾ। ਥੈਂਕ ਯੂ ਸੋ ਮੱਚ। ਜਿਹੜਾ ਅੱਜ ਦੀ ਐਨਵਰਸਰੀ ਸੀਗੀ ਇਹ ਸਿੰਪਲੀ ਸੀਗੀ, ਬਾਹਲੀ ਜ਼ਿਆਦਾ ਨਹੀਂ ਸੀ, ਪਰ ਮੈਂ ਇੰਨਾ ਕੁ ਜ਼ਰੂਰ ਕਹੂੰਗੀ ਕਿ ਮੈਂ ਮਤਲਬ ਰੈਸਟੋਰੈਂਟਸ ਵੀ ਬਹੁਤ ਗਏ ਹਾਂ ਆਪਣੀ ਐਨਵਰਸਰੀ 'ਤੇ, ਘੁੰਮੇ ਵੀ ਹਾਂ ਬਹੁਤ, ਬਟ ਜਦੋਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਤਾਂ ਉਹ ਅਜੀਬ ਜਿਹੀ ਸਕੂਨ ਮਿਲਦਾ। ਸੋ ਮੈਨੂੰ ਅੱਜ ਉਹ ਸਕੂਨ ਮਿਲਿਆ। ਸੋ ਮੈਂ ਸੋਚਿਆ ਅੱਜ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਹੀ ਆਪਣੀ ਐਨਵਰਸਰੀ ਆ ਜਿਹੜੀ ਮਨਾਵਾਂਗੇ। ਸੋ ਉਹ ਸਭ ਤੋਂ ਵਧੀਆ ਪਰਮਾਤਮਾ ਦੇ ਨਾਮ ਨਾਲ ਜਿਹੜਾ ਆਪਾਂ ਜੁੜਦੇ ਹਾਂ, ਉਹ ਪਰਮਾਤਮਾ ਦੇ ਨਾਮ ਨਾਲ ਜਦੋਂ ਜੁੜਦੇ ਹਾਂ ਨਾ, ਉਹ ਸਾਰਿਆਂ ਨੂੰ ਵਧੀਆ ਫੀਲਿੰਗ ਹੁੰਦੀ ਆ। ਸੋ ਪਰਮਾਤਮਾ ਸਾਡੀ ਦੋਨਾਂ ਦੀ ਜੋੜੀ ਬਣਾਈ ਰੱਖੇ। ਅਤੇ ਮੈਨੂੰ ਬਹੁਤ ਵਧੀਆ ਲੱਗਿਆ ਆਪਣੀ ਪਹਿਲਾਂ ਵਾਲੀ ਜਿਹੜੀ ਡੈਕੋਰੇਸ਼ਨ ਵਗੈਰਾ ਕੀਤੀ ਸੀ ਉਦੋਂ ਵੀ ਐਂਡ ਹੁਣ ਵੀ, ਅੱਜ ਵੀ ਸਪੈਸ਼ਲ ਸਪੈਸ਼ਲ ਫੀਲ ਹੋਇਆ।